ਆਮ ਆਦਮੀ ਪਾਰਟੀ ਦੇ ਲਈ ਇੱਕ ਸੰਕਟ ਹੱਲੇ ਠੰਡਾ ਨਹੀਂ ਪਿਆ ਕਿ ਦੂਜਾ ਪੈਦਾ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਲਵੀਰ ਗੋਲਡੀ ਨੇ ਚੈਲੰਜ ਕਰ ਦਿੱਤਾ ਹੈ ਦਰਅਸਲ ਬਰਨਾਲਾ ਸੀਟ ਦੀ ਦਾਅਵੇਦਾਰੀ ਪੇਸ਼ ਕਰਨ ਵਾਲੇ ਦਲਵੀਰ ਗੋਲਡੀ ਦੇ ਨਾਲ ਕੁਝ ਅੰਦਰ ਖਾਤੇ ਵਾਦੇ ਹੋਏ ਸੀ ਅੰਦਰ ਖਾਤੇ ਕੁਝ ਸਲਾਹਾਂ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਉੱਪਰ ਚਰਚਾ ਹੋਣੀ ਲਾਜ਼ਮੀ ਹੁੰਦੀ ਹੈ ਪਰ ਬਰਨਾਲਾ ਦੀ ਜਦੋਂ ਬਾਈਲੈਕਸ਼ਨ ਆਉਂਦੀ ਹੈ ਤਾਂ ਇੱਥੇ ਦਲਵੀਰ ਗੋਲਡੀ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ ਤੇ ਮੀਤ ਹੇਰ ਦੇ ਮਾਸੀ ਦੇ ਮੁੰਡੇ ਹਰਿੰਦਰ ਢਾਲੀਵਾਲ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਜਾਂਦਾ ਹੈ ਇਹ ਤਾਂ ਹੋ ਗਿਆ ਇੱਕ ਚੈਲੰਜ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਹਰਿੰਦਰ ਢਾਲੀਵਾਲ ਦਾ ਇੱਥੇ ਵਿਰੋਧ ਹੋ ਰਿਹਾ ਤਾਂ ਇੱਥੋਂ ਜੋ ਗੁਰਦੀਪ ਬਾਠ ਹੈ ਆਮ ਆਦਮੀ ਪਾਰਟੀ ਦੇ ਬਰਨਾਲਾ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਚੇਅਰਮੈਨੀਆਂ ਜਾਂ ਫਿਰ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਇਹ ਪਹਿਲੀ ਜਿਹੜੀ ਹੈ ਮੁਸ਼ਕਲ ਆਮ ਆਦਮੀ ਪਾਰਟੀ ਦੇ ਲਈ ਤੇ ਦੂਸਰੀ ਜਿਹੜੀ ਮੁਸ਼ਕਲ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਹੈ ਦਲਵੀਰ ਗੋਲਡੀ ਨੇ ਦਾਅਵਾ ਕੀਤਾ ਕਿ ਦਰਅਸਲ ਮੈਂ ਬਰਨਾਲਾ ਦੀ ਸੀਟ ਨਹੀਂ ਮੰਗੀ ਮੈਨੂੰ ਕਿਹਾ ਗਿਆ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਸਮਰਥਨ ਕਰੋ ਮੀਥੇਰ ਦਾ ਮੀਥੇਰ ਨੂੰ ਚੋਣ ਜਿਤਾਓ ਤੇ ਅਸੀਂ ਬਾਕੀ ਬਾਅਦ ਵਿੱਚ ਦੇਖ ਲਵਾਂਗੇ ਤਾਂ ਹੁਣ ਦਲਵੀਰ ਗੋਲਡੀ ਨੇ ਇਹ ਵੀ ਦਾਅਵਾ ਕੀਤਾ ਕਿ ਹਾਲਾਂਕਿ ਇਹ ਦਲਵੀਰ ਗੋਲਡੀ ਕਹਿ ਰਹੇ ਨੇ ਕਿ ਮੈਂ ਦਾਅਵੇਦਾਰੀ ਪੇਸ਼ ਨਹੀਂ ਸੀ ਕੀਤੀ ਬਰਨਾਲਾ ਸੀਟ ਨੂੰ ਲੈ ਕੇ ਪਰ ਅੰਦਰ ਖਾਤੇ ਚਰਚਾਮਾ ਇਹ ਹੈ ਕਿ ਜਦੋਂ ਦਲਵੀਰ ਗੋਲਡੀ ਨੇ ਮੀਤਹਿਰ ਨੂੰ ਜਿਤਾਉਣ ਦੇ ਲਈ ਮੈਦਾਨ 'ਚ ਨਿਤਰੇ ਸੀ ਤਾਂ ਉਦੋਂ ਇੱਕ ਇੱਕੀ ਵਾਦਾ ਹੋਇਆ ਸੀ ਕਿ ਜਦੋਂ ਇੱਥੇ ਬਾਈਲੈਕਸ਼ਨ ਹੋਏਗੀ ਤਾਂ ਦਲਵੀਰ ਗੋਲਡੀ ਉਮੀਦਵਾਰ ਹੋਏਗਾ ਪਰ ਇੱਥੇ ਹੁਣ ਮੀਤਹਿਰ ਦੇ ਮਾਸੀ ਦੇ ਮੁੰਡਾ ਐਲਾਨ ਦਿੱਤਾ ਤਾਂ ਹੁਣ ਗੋਲਡੀ ਨੇ ਇੱਕ ਆਪਣਾ ਸਟੈਂਡ ਬਰਕਰਾਰ ਰੱਖਿਆ ਜਿਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਚਿੰਤਾ ਵੱਧ ਗਈ ਹੈ ਦਲਵੀਰ ਗੋਲਡੀ ਨੇ ਕਿਹਾ ਕਿ ਮੈਨੂੰ ਬਰਨਾਲਾ ਸੀਟ ਨਹੀਂ ਚਾਹੀਦੀ ਮੈਂ ਛੱਡ ਦਿੱਤੀ ਹੈ ਪਰ ਮੈਂ ਜਿਸ ਜਗ੍ਹਾ ਤੋਂ ਚੋਂ ਲੜਦਾ ਆ ਰਿਹਾ ਜਿਸ ਜਗ੍ਹਾ ਤੇ ਮੈਂ ਚੋਣ ਲੜਦਾ ਸੀ ਜਾਂ ਫਿਰ ਅੱਗੇ ਲੜਨੀ ਹੈ ਉਸ ਸੀਟ ਦੇ ਉੱਪਰ ਮੈਂ ਆਪਣੇ ਪੈਰ ਜਮਾ ਕੇ ਰੱਖੇ ਹੋਏ ਆ ਤੇ ਜਿਉਂ ਦਾ ਤਿਉਂ ਉੱਥੋਂ ਹੀ ਚੋਣ ਲੜਾਂਗਾ ਮੇਰੇ ਕਹਿਣ ਦਾ ਭਾਵੇਂ ਹੈ ਕਿ ਧੂਰੀ ਦੀ ਸੀਟ ਦਲਵੀਰ ਗੋਲਡੀ ਮੰਗ ਰੇ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਰ ਇੱਥੇ ਦੇਖਣਾ ਹੋਏਗਾ ਕਿ ਸੀਐਮ ਭਗਵੰਤ ਮਾਨ ਇਸ ਸੀਟ ਦਾ ਬਲਦਾਨ ਦੇਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਧੂਰੀ ਤੋਂ ਚੋਣ ਲੜਦੇ ਆ ਤੇ ਹੁਣ ਇਹ ਦੇਖਣਾ ਹੋਏਗਾ ਕਿ ਧੂਰੀ ਹਲਕਾ ਗੋਲਡੀ ਜਿਹੜਾ ਦਲਵੀਰ ਗੋਲਡੀ ਹੈ ਇਹਦੇ ਲਈ ਛੜਦੇ ਐ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲਈ ਇਸ ਨੂੰ ਰੱਖਦੇ ਨੇ ਪਰ ਇੱਥੇ ਦਲਵੀਰ ਗੋਲਡੀ ਨੇ ਭਗਵੰਤ ਮਾਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਕਿਉਂਕਿ ਧੂਰੀ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਵਰਕ ਕਰਦੀ ਆ ਰਹੀ ਹੈ ਭਗਵੰਤ ਮਾਨ ਦੇ ਸਾਬਕਾ ਓਐਸਡੀ ਜਿਹੜੇ ਓੰਕਾਰ ਸੀ ਉਹ ਓੰਕਾਰ ਸਿੰਘ ਸਨ ਉਹ ਵੀ ਲਗਾਤਾਰ ਧੂਰੀ ਸੀਟ ਦੇ ਉੱਪਰ ਲਗਾਤਾਰ ਨਿੱਤਰਦੇ ਸੀ ਵਿਚਰਦੇ ਸੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਰਾਬਤਾ ਕਾਇਮ ਕਰਦੇ ਨੇ ਇਸ ਤੋਂ ਇਲਾਵਾ ਤੂਰੀ ਹਲਕੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਲਗਾਤਾਰ ਸਰਗਰਮ ਰਹਿੰਦੇ ਆ ਵੋਟਰਾਂ ਦੇ ਵਿੱਚ ਵਿਚਰਦੇ ਆ ਲੋਕਾਂ ਦਾ ਹਾਲਚਲ ਜਾਣਦੇ ਆ ਤੇ ਅਜੇਹੇ ਦੇ ਵਿੱਚ ਦਲਵੀਰ ਗੋਲਡੀ ਦੇ ਲਈ ਇਹ ਸੀਟ ਛੱਡਣਗੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਹੁੰਦਾ ਦਿਖਾਈ ਨਹੀਂ ਦੇ ਰਿਹਾ ਪਰ ਅੱਗੇ ਦਲਵੀਰ ਗੋਲਡੀ ਦਾ ਕੋਲ ਕੀ ਆਪਸ਼ਨ ਹੈ ਨਾ ਤਾਂ ਬਰਨਾਲਾ ਸੀਟ ਦਿੱਤੀ ਗਈ ਹੈ ਤੇ ਨਾ ਹੀ ਤੂਰੀ ਹਲਕਾ ਮਿਲਿਆ ਚਾਰ ਸੀਟਾਂ ਪੈਂਦੀਆਂ ਨੇ ਬਰਨਾਲਾ ਦੇ ਵਿੱਚ ਚਾਰਾਂ ਦੇ ਵਿੱਚੋਂ ਦੋ ਦਾ ਤਾਂ ਬਾਈਕਾਟ ਹੋ ਗਿਆ ਪਰ ਜਿਹੜੀਆਂ ਬਾਕੀ ਸੀਟਾਂ ਬਚਦੀਆਂ ਦੋ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਵੀ ਲੀਡਰ ਦਾਅਵੇਦਾਰੀ ਪੇਸ਼ ਕਰਦੇ ਨੇ ਜੋ ਪਾਰਟੀ ਦੇ ਨਾਲ ਕਾਫੀ ਪੁਰਾਣੇ ਸਮੇਂ ਤੋਂ ਜੁੜੇ ਹੋਏ ਐ ਇਸ ਕਰਕੇ ਇੱਥੇ ਗੋਲਡੀ ਦਾ ਭਵਿੱਖ ਜਿਹੜਾ ਸਿਆਸੀ ਭਵਿੱਖ ਥੋੜਾ ਖਤਰੇ ਦੇ ਵਿੱਚ ਦਿਖਾਈ ਦਿੰਦਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਬਲੀਦਾਨ ਸੀਟ ਦਾ ਨਹੀਂ ਕਰਦੇ ਸੀਟ ਨਹੀਂ ਛੱਡਦੇ ਤਾਂ ਦਲਵੀਰ ਗੋਲਡੀ ਦੇ ਲਈ ਆਉਣ ਵਾਲਾ ਸਿਆਸੀ ਸਫਰ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਸਭ ਤੋਂ ਮੁਸ਼ਕਲ ਹੋਏਗਾ ਤਾਂ ਇਹ ਸਬੂਤ ਜਿਹੜੇ ਹੈ ਇਹ ਦਲਵੀਰ ਗੋਲਡੀ ਨੇ ਪੇਸ਼ ਕਰ ਦਿੱਤੇ ਹੈ ਕਿ ਉਹਨਾਂ ਨੇ ਦਾਅਵਾ ਕੀਤਾ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਧੂਰੀ ਹਲਕੇ ਤੋਂ ਲੜਦਾ ਲੜਦਾ ਰਹਾਂਗਾ ਇਸ ਕਰਕੇ ਇੱਥੋਂ ਮੁੱਖ ਮੰਤਰੀ ਭਗਵੰਤ ਮਾਨ ਵੀ ਲੜਦੇ ਆ ਤੇ ਲੜਦੇ ਹੀ ਰਹਿਣਗੇ ਦੇਖਣਾ ਹੋਏਗਾ ਕਿ ਸੀਟ ਛੱਡਦੇ ਆ ਜਾਂ ਨਹੀਂ ਛੱਡਦੇ ਪਰ ਭਗਵੰਤ ਮਾਨ ਸੀਟ ਛੱਡ ਕੇ ਕਿੱਥੇ ਜਾਣਗੇ ਕਿਹੜੀ ਜਗ੍ਹਾ ਦੇ ਉੱਪਰ ਚੋਣ ਲੜਨਗੇ ਪਰ ਇੱਥੇ ਆਮ ਆਦਮੀ ਪਾਰਟੀ ਸੰਗਰੂਰ ਦੇ ਵਿੱਚ ਮਜ਼ਬੂਤ ਹੈ ਤੇ ਸਭ ਤੋਂ ਵੱਧ ਪਕੜ ਜਿਹੜੀ ਹੈ ਤੂਰੀ ਹਲਕੇ ਦੇ ਵਿੱਚ ਹੈ ਤਾਂ ਤੂਰੀ ਹਲਕਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਹੈ ਇੱਥੋਂ ਚੋਣ ਲੜਦੇ ਆ ਰਹੇ ਨੇ ਪਰ ਦਲਵੀਰ ਗੋਲਡੀ ਦੇ ਲਈ ਇਹ ਸਭ ਤੋਂ ਵੱਡੀ ਮੁਸ਼ਕਲ ਪੈਦਾ ਹੋ ਜਾਏਗੀ ਉਧਰ ਅਸੀਂ ਬਰਨਾਲਾ ਸੀਟ ਦੀ ਵੀ ਇੱਕ ਗੱਲ ਕਰਦੇ ਆ ਇੱਥੇ ਆਮ ਆਦਮੀ ਪਾਰਟੀ ਨੇ ਗੁਰਮੀਤ heer ਦੇ ਭਰਾ ਜਿਹੜਾ ਹਰਿੰਦਰ ਧਾਲੀਵਾਲ ਹੈ ਉਸ ਨੂੰ ਚੋਣ ਮੈਦਾਨ ਚ ਉਤਾਰਿਆ ਹੋਇਆ ਤਾਂ ਉਸ ਦੇ ਲਈ ਵੀ ਸਭ ਤੋਂ ਵੱਡਾ ਸਿਆਸੀ ਸੰਕਟ ਇਹ ਪੈਦਾ ਹੋ ਗਿਆ ਕਿ ਇੱਥੋਂ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਗੁਰਦੀਪ ਬਾਠ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਇਸ ਖਾਤਰ ਹੁਣ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਬਾਠ ਦੇ ਨਾਲ ਚੱਲਦੀ ਹੈ ਜਾਂ ਫਿਰ ਧਾਲੀਵਾਲ ਦੇ ਨਾਲ ਚੱਲਦੀ ਹੈ ਪਰ ਜ਼ਿਆਦਾਤਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਸਮਰਥਕ ਜੋ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਬਾਠ ਦੇ ਹੱਕ ਦੇ ਵਿੱਚ ਨਿਤਰੇ ਹੋਏ ਆ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ ਬਾਠ ਜਿਹੜਾ ਪੁਰਾਣਾ ਵਰਕਰ ਹੈ ਪਰ ਧਾਲੀਵਾਲ ਜੋ ਹੈ ਉਹ ਇੱਕ ਚਹੇਤਾ ਲੀਡਰ ਬਣ ਗਿਆ ਮੀਤਹੇਰ ਦੇ ਮਾਸੀ ਦਾ ਮੁੰਡਾ ਇਸ ਕਰਕੇ ਉਸ ਨੂੰ ਟਿਕਟ ਦਿੱਤੀ ਗਈ ਹੈ